तेरी कुण बहुती मैं एक ना जानिया, मैं मूर्ख किश दीचै प्रणवत नानक सुन मेरे साहिबा। डुबदा पत्थर लीचै प्रणवत नानक सुन मेरे साहिबा। डुबदा पत्थर लीचै सतनाम वाहिगुरु साहिब जियो। गुरमुख परचै वेद बिचारी, गुरमुख परचै तरियै तारी। गुरमुख परचै सो शब्द ज्ञानी, गुरमुख परचै अंतर बिद जानी। गुरमुख पाइयै अलख अपार, नानक गुरमुख मुक्त द्वार। गुरमुख पाइयै अलख अपार, नानक गुरमुख मुक्त द्वार। वाहिगुरु जी का खालसा, वाहिगुरु जी की फतेह। मनुख के जीवन विच एक विचार बड़ी भारू रही है, मैं जड़ा भी कम करा तो मैनु उसकी प्राप्ति की होगी। जिस काम विच मनुख नु घाटा प्रतीत हो गए वो कम नहीं करता, जिस काम विच मनुख नु कोई फल की प्राप्ति ना हो वे, वो नहीं करता। सिर्फ उसे कर्म नु करता है जिस विच मैनु कुछ प्राप्त हो वे ते वादा हो वे। हुण ये दुनियावी कमां दी तां सानू सोझी आ जांदी है, पर बहुत बारी धार्मिक दुनिया का जिहड़ा सिलसिला है वह मनुख नु समझ विच नहीं आता। ਉਹਨੂੰ ਨਹੀਂ ਪਤਾ ਲੱਗਦਾ ਮੈਂ ਧਰਮ ਦੀ ਕਮਾਈ ਕਰਾਂਗਾ ਮੈਨੂੰ ਕੀ ਪ੍ਰਾਪਤੀ ਹੋਵੇਗੀ। ਮੈਂ ਗੁਰੂ ਚਰਨਾਂ ਵਿੱਚ ਜਾਵਾਂ ਨਾ ਜਾਵਾਂ, ਬਾਣੀ ਪੜ੍ਹਾਂ ਨਾ ਪੜ੍ਹਾਂ, ਧਰਮ ਕਮਾਵਾਂ ਨਾ ਕਮਾਵਾਂ, ਦੱਸੇ ਰਾਹ 'ਤੇ ਚੱਲਾਂ ਨਾ ਚੱਲਾਂ, ਅੰਤਰ ਕੀ ਹੈ, ਫਰਕ ਕੀ ਪੈਂਦਾ ਮੈਨੂੰ? ਇਸ ਗੱਲ ਦਾ ਅਹਿਸਾਸ ਆਮ ਕਰਕੇ ਮਨੁੱਖ ਨੂੰ ਨਹੀਂ ਹੁੰਦਾ। ਗੁਰਬਾਣੀ ਵਿੱਚ ਬਹੁਤ ਥਾਵਾਂ 'ਤੇ ਜ਼ਿਕਰ ਕੀਤਾ ਹੋਇਆ ਹੈ ਵੀ ਧਰਮ ਦੀ ਕਮਾਈ ਕਰਨ ਵਾਲੇ ਨੂੰ ਨਾਲ ਕੀ ਮਿਲਦਾ, ਹੁਕਮ ਰਜਾਈ ਪੈਂਡੇ ਤੇ ਤੁਰੇ ਮਨੁੱਖ ਨੂੰ ਕੀ ਪ੍ਰਾਪਤ ਹੁੰਦਾ, ਸਚਿਆਰਤਾ ਦੇ ਮਾਰਗ ਤੇ ਤੁਰੇ ਜਾਂਦੇ ਮਨੁੱਖ ਨੂੰ ਕੀ ਪ੍ਰਾਪਤ ਹੁੰਦਾ। ਹੁਣ ਇਹ ਗੱਲ ਗੁਰੂ ਜੀ ਜੋਗੀਆਂ ਨੂੰ ਦੱਸ ਰਹੇ ਨੇ, ਜਿਸ ਪ੍ਰਾਪਤੀ ਦੀ ਖਾਤਰ ਤੁਸੀਂ ਐਡੀ ਐਡੀ ਮੁਸ਼ਕਤ ਝੱਲ ਰਹੇ ਹੋ, ਜੰਗਲਾਂ 'ਚ ਬੈਠੇ ਹੋ, ਪਹਾੜਾਂ 'ਚ ਬੈਠੇ ਹੋ, ਬਰਫਾਂ ਦੇ ਵਿੱਚ ਆਪਣੇ ਆਪ ਨੂੰ ਗਾਲ ਰਹੇ ਹੋ, ਤੇ ਤੁਹਾਡੇ ਨਾਲੋਂ ਤਾਂ ਚੰਗਾ ਇੱਕ ਸਤਿਆਰਤਾ ਦੇ ਮਾਰਗ ਤੇ ਤੁਰਿਆ, ਇੱਕ ਹੁਕਮ ਰਜਾਈ ਪੈਂਡੇ ਤੇ ਤੁਰਿਆ ਮਨੁੱਖ ਹੈ, ਉਹਨੂੰ ਕੀ ਪ੍ਰਾਪਤੀਆਂ ਹੁੰਦੀਆਂ ਨੇ? ਸਤਿਗੁਰੂ ਜੀ ਇੱਕ ਗੁਰਮੁਖ ਨਾਂ ਦਾ ਪਾਤਰ ਬਣਾ ਕੇ, ਕਿਉਂਕਿ ਗੱਲ ਤਾਂ ਕਿਸੇ ਦੇ ਜ਼ਰੀਆ ਕੀਤੀ ਜਾਣੀ ਹੈ, ਗੁਰਮੁਖ ਨੂੰ ਇੱਕ ਪਾਤਰ ਬਣਾ ਕੇ, ਆਦਰਸ਼ ਮਨੁੱਖ ਨੂੰ ਇੱਕ ਪਾਤਰ ਬਣਾ ਕੇ ਉਹ ਸਮਝਾ ਰਹੇ ਨੇ ਵੀ ਗੁਰਮੁਖ ਨੂੰ ਕੀ ਪ੍ਰਾਪਤੀ ਹੁੰਦੀ ਹੈ, ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਦੱਸੇ ਰਸਤੇ 'ਚ ਤੁਰ ਕੇ ਮਨੁੱਖ ਨੂੰ ਕੀ ਪ੍ਰਾਪਤੀ ਹੁੰਦੀ ਹੈ, ਉਹਦਾ ਜ਼ਿਕਰ ਅੱਜ ਦੀ ਪੌੜੀ ਵਿੱਚ ਹੈ। ਇਹ 28ਵੀਂ ਪੌੜੀ ਸਿੱਧ ਗੋਸ਼ਟ ਦੀ ਆਪਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਧ ਗੋਸ਼ਟ ਦੀ ਬਾਣੀ ਵਿੱਚੋਂ ਵਿਚਾਰਨ ਲੱਗੇ। ਗੁਰਮੁਖ ਪਰਚੈ ਵੇਦ ਵਿਚਾਰੀ, ਆਮ ਕਰਕੇ ਬੰਦੇ ਦੇ ਉੱਤੇ ਜਿਹੜੇ ਉਹਦੇ ਧਰਮ ਤੋਂ ਬਾਹਰਲੀਆਂ ਚੀਜ਼ਾਂ ਹੁੰਦੀਆਂ ਨੇ ਉਹਦਾ ਬੜਾ ਪ੍ਰਭਾਵ ਕਬੂਲ ਕਰਦਾ। ਤੁਸੀਂ ਕਦੇ ਦੇਖਿਓ ਸਾਨੂੰ ਦੂਜੀ ਚੀਜ਼ ਬਹੁਤ ਪਿਆਰੀ ਲੱਗੇਗੀ, ਦੂਜੇ ਦੀ ਗੱਡੀ, ਦੂਜੇ ਦਾ ਬੱਚਾ ਸਾਨੂੰ ਲੱਗੇਗਾ ਸਾਡੇ ਬੱਚੇ ਤਾਂ ਬਹੁਤਾ ਲਾਇਕ ਹੈ। ਇਸੇ ਤਰ੍ਹਾਂ ਬਾਕੀ ਜ਼ਿੰਦਗੀ ਦੇ ਵਿੱਚ ਵੀ ਸਾਨੂੰ ਬਹੁਤ ਵਾਰੀ ਇਹ ਪ੍ਰਭਾਵ ਪੈ ਜਾਂਦਾ ਵੀ ਸ਼ਾਇਦ ਦੂਜਿਆਂ ਦੇ ਜਿਹੜੇ ਧਾਰਮਿਕ ਗ੍ਰੰਥ ਨੇ ਉਹ ਮੇਰੇ ਧਾਰਮਿਕ ਗ੍ਰੰਥ ਤੋਂ ਬਹੁਤੇ ਉੱਤਮ ਨੇ। ਇਸ ਗੱਲ ਕਰਕੇ ਮਨੁੱਖ ਪ੍ਰਭਾਵਿਤ ਹੋ ਜਾਂਦਾ।
ਦੂਜੇ ਦੇ ਧਰਮ ਦੀਆਂ ਗੱਲਾਂ ਤੋਂ ਮਨੁੱਖ ਜਲਦੀ ਪ੍ਰਭਾਵਿਤ ਹੋ ਜਾਂਦਾ। ਸਿੱਖੀ ਵਿੱਚ ਵੀ ਤੁਸੀਂ ਦੇਖੋ, ਜੋ ਗੱਲ ਇੱਕ ਪ੍ਰਚਾਰਕ ਕਵੇਗਾ ਉਹਦਾ ਬਹੁਤ ਅਸਰ ਨਹੀਂ ਹੋਵੇਗਾ, ਪਰ ਜੋ ਗੱਲ ਇੱਕ ਮੁਸਲਮਾਨ ਕਹਿ ਦੇਗਾ ਤੇ ਉਹਦਾ ਬਹੁਤ ਅਸਰ ਹੋਵੇਗਾ। ਜੋ ਗੱਲ ਇੱਕ ਈਸਾਈ ਜਾਂ ਜੋ ਗੱਲ ਇੱਕ ਗੋਰਾ ਜਾਂ ਜੋ ਗੱਲ ਇੱਕ ਹਿੰਦੂ ਕਹਿ ਦੇਗਾ ਤੇ ਅਸੀਂ ਬੜਾ ਪ੍ਰਭਾਵ ਕਬੂਲ ਕਰਦੇ ਹਾਂ। ਲਾਲਾ ਦੌਲਤ ਰਾਏ ਦੀ ਕਿਤਾਬ ਜਿਹੜੀ ਹੈ ਸਾਹਿਬ ਕਮਾਲ, ਉਹ ਇਤਨੀ ਬਾਕੀ ਕਿਤਾਬਾਂ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਚ ਨਹੀਂ ਛਪੀਆਂ ਜਿੰਨੀਆਂ ਇਹ ਲਾਲਾ ਦੌਲਤ ਰਾਏ ਦੀ ਕਿਤਾਬ ਹਰੇਕ ਲਾਇਬ੍ਰੇਰੀ ਵਿੱਚ ਦੇਖੀ ਜਾ ਸਕਦੀ, ਕਿਉਂਕਿ ਉਹ ਹਿੰਦੂ ਧਰਮ ਨਾਲ ਸੰਬੰਧਿਤ ਸੀ। ਜਪਜੀ ਸਾਹਿਬ ਦੇ ਕਰੀਬ 200 ਤੋਂ ਵੱਧ ਸਟੀਕ ਨੇ, ਪਰ ਸਭ ਤੋਂ ਵੱਧ ਸਟੀਕ ਜਿਹੜਾ ਪੜ੍ਹਿਆ ਗਿਆ ਉਹ ਰਜਨੀਸ਼ ਦਾ ਪੜ੍ਹਿਆ ਗਿਆ, ਕਿਉਂਕਿ ਬਾਹਰਲੇ ਥਾਵਾਂ ਤੋਂ ਸੀ, ਸਿੱਖ ਵਿਦਵਾਨਾਂ ਦਾ ਉਹਨਾਂ ਨਹੀਂ ਪੜ੍ਹਿਆ ਗਿਆ। ਇਸ ਤਰ੍ਹਾਂ ਮਨੁੱਖ ਪ੍ਰਭਾਵਿਤ ਹੁੰਦਾ ਬਹੁਤ ਜ਼ਿਆਦਾ ਦੂਜਿਆਂ ਤੋਂ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਜਿਹੜਾ ਗੁਰਮੁਖ ਹੈ ਨਾ, ਗੁਰੂ ਦੇ ਚਰਨਾਂ ਵਿੱਚ ਜੁੜਿਆ ਹੋਇਆ, ਗੁਰੂ ਦੇ ਦੱਸੇ ਰਾਹ ਤੇ ਤੁਰਦਾ ਤੇ ਉਹਦੇ ਜੀਵਨ ਵਿੱਚ ਇੱਕ ਬੜੀ ਵੱਡੀ ਗੱਲ ਹੈ, ਉਹਨੂੰ ਬਾਕੀ ਧਾਰਮਿਕ ਗ੍ਰੰਥ ਆਪਣੇ ਪਾਸੇ ਅਟਰੈਕਟ ਨਹੀਂ ਕਰ ਸਕਦੇ। ਉਹਨੂੰ ਸਾਰੇ ਗੱਲ ਦਾ ਗਿਆਨ ਆ ਜਾਂਦਾ, ਉਹਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਵੀ ਗੁਰੂ ਚਰਨਾਂ ਵਿੱਚ ਆ ਕੇ ਮੈਨੂੰ ਕੀ ਕਰਨਾ ਚਾਹੀਦਾ। ਗੁਰੂ ਪਾਤਸ਼ਾਹ ਦੀ ਪਵਿੱਤਰ ਬਾਣੀ ਸਾਨੂੰ ਅੱਜ ਵੀ ਉਪਦੇਸ਼ ਕਰਦੀ ਹੈ, ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਢੰਡੋਲ ਉਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਕਹਿਣ ਲੱਗੇ ਮੈਂ ਦੁਨੀਆਂ ਦੇ ਵੇਦ ਗ੍ਰੰਥਾਂ ਨੂੰ ਧਾਰਮਿਕ ਗ੍ਰੰਥਾਂ ਨੂੰ ਸਾਰਿਆਂ ਨੂੰ ਪੜ੍ਹ ਕੇ ਵੇਖਿਆ, ਪਰ ਉਹਦੇ ਵਿੱਚੋਂ ਉਹ ਗੱਲ ਨਹੀਂ ਲੱਭੀ ਜਿਹੜੀ ਮੈਨੂੰ ਪਾਵਨ ਕੁਰਬਾਣੀ ਵਿੱਚੋਂ ਲੱਭਦੀ ਹੈ, ਪਾਵਨ ਬਚਨਾਂ ਵਿੱਚੋਂ ਲੱਭਦੀ ਹੈ, ਕਿਉਂਕਿ ਕਿਸੇ ਲਈ ਪਾਬੰਦੀ ਨਹੀਂ ਹੈ। ਜਿਹੜੇ ਵੇਦ ਨੇ ਉਹ ਵੀ ਹਰ ਬੰਦੇ ਦੇ ਪੜ੍ਹਨ ਵਾਲੇ ਨਹੀਂ ਹੈ, ਉਹਨਾਂ ਨੇ ਪਾਬੰਦੀ ਲਾਈ ਹੋਈ ਹੈ, ਉਹ ਨਹੀਂ ਸਾਰਿਆਂ ਨੂੰ ਪੜ੍ਹਨ ਦਿੰਦੇ। ਜੇ ਰੱਬ ਦੀ ਬਾਣੀ ਹੋਵੇ, ਪਰਮੇਸ਼ੁਰ ਦੇ ਬੋਲ ਹੋਣ ਤੇ ਸਾਰਿਆਂ ਵਾਸਤੇ ਹੋਵਣ, ਕਿਸੇ ਇੱਕ ਲਈ ਦਰਵਾਜ਼ਾ ਕਿਉਂ ਬੰਦ ਕੀਤਾ ਹੋਵੇ। ਮੈਨੂੰ ਸਿਮਰਤੀਆਂ ਵਿੱਚ ਬਹੁਤ ਵਾਰੀ ਇਸ ਜ਼ਿਕਰ ਹੁੰਦਾ ਵੀ ਜੇ ਕਿਤੇ ਕਿਸੇ ਸ਼ੂਦਰ ਨੇ ਉਹ ਸ਼ਬਦ ਸੁਣ ਲਏ, ਉਹਦੇ ਕੰਨਾਂ 'ਚ ਸਿੱਕਾ ਟਾਲ ਕੇ ਪਾ ਦਿੱਤਾ ਜਾਂਦਾ ਸੀ, ਅਗਰ ਉਹ ਮੰਤਰ ਕੋਈ ਪੜ੍ਹ ਲਵੇ ਤਾਂ ਉਹਦੀ ਜ਼ੁਬਾਨ ਕੱਟ ਦਿੱਤੀ ਜਾਂਦੀ ਸੀ। ਪਰ ਗੁਰਬਾਣੀ ਲਈ ਕਿੱਡਾ ਵੱਡਾ ਇੱਕ ਅਮੋਲਕ ਗੱਲ ਹੈ। ਹਜ਼ੂਰ ਕਹਿਣ ਲੱਗੇ ਵੀ ਜਿਹੜਾ ਗੁਰਮੁਖ ਹੈ ਨਾ, ਉਸ ਗੱਲ ਨੂੰ ਸਮਝ ਲੈਂਦਾ ਵੀ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ ਗੁਰੂ ਬਾਝੋ, ਤੱਤੇ ਸਾਰ ਨਾ ਜਾਣੀ ਕਿਹੀ ਕੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਬਿਹਾਨੀ ਗੁਰ ਕਿਰਪਾ ਤੇ ਸੇਜਨ ਜਾਗੇ, ਜਿਹਨਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ, ਜਿਸਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਬਿਹਾਨੀ। ਤੋ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੋਇਆ ਬੰਦਾ, ਗੁਰੂ ਦੀ ਬਾਣੀ ਨਾਲ ਜੁੜਿਆ ਹੋਇਆ ਬੰਦਾ, ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਬੰਦਾ, ਦੁਨੀਆਂ ਦੇ ਹੋਰ ਕਿਸੇ ਧਾਰਮਿਕ ਗ੍ਰੰਥਾਂ ਦੀ ਅਗਵਾਈ ਪ੍ਰਵਾਨ ਨਹੀਂ ਕਰਦਾ, ਸਤਿਕਾਰ ਸਾਰਿਆਂ ਦਾ ਕਰਦਾ। ਹੁਣ ਅੱਜ ਦੇਖੋ ਤੁਸੀਂ ਆਪਣੀ ਕੌਮ ਦਾ ਹਾਲ, ਅਸੀਂ ਜੋਤਿਸ਼ ਵਾਲੇ ਗ੍ਰੰਥਾਂ ਦੇ ਉੱਤੇ, ਕਰਾਮਾਤੀ ਗ੍ਰੰਥਾਂ ਦੇ ਉੱਤੇ ਕਿਤਨਾ ਸਾਨੂੰ ਯਕੀਨ ਹੈ, ਉਤਨਾ ਗੁਰੂ ਗ੍ਰੰਥ ਸਾਹਿਬ ਤੇ ਯਕੀਨ ਨਹੀਂ ਹੈ। ਗੁਰਮੁਖ ਉਹ ਹੈ, ਸਤਿਗੁਰੂ ਜੀ ਦੱਸਣ ਲੱਗੇ ਵੀ ਜਿਹੜਾ ਵੇਦ ਵਿਚਾਰੀ, ਉਹਨੂੰ ਪਤਾ ਲੱਗ ਜਾਂਦਾ ਵੀ ਧਾਰਮਿਕ ਗ੍ਰੰਥਾਂ ਦਾ ਨਿਚੋੜ ਕੀ ਹੈ, ਉਹਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਖੁਸ਼ੀਆਂ, ਉਹਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ। ਵੇਦ ਕੀ ਪੁੱਤਰੀ ਸਿਮਰਤ ਪਾਈ, ਸਾਂਕਲ ਜੇਬਰੀ ਲਹਿ ਆਈ। ਕਹਿਣ ਲੱਗੇ ਜਿਹੜੀ ਵੇਦ ਦੀ ਪੁੱਤਰੀ ਸਿਮਰਤੀ ਹੈ, ਉਹ ਵੀ ਆਪਣੇ ਸ਼ਰਧਾਲੂਆਂ ਨੂੰ ਕਰਮ ਕਾਂਡ ਵਿੱਚ ਫਸਾ ਕੇ ਹਕੀਕਤ ਤੋਂ ਦੂਰ ਲੈ ਜਾਂਦੀ ਹੈ, ਉਹ ਸੱਚੇ ਨਾਮ ਨਾਲ ਨਹੀਂ ਜੋੜਦੀ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਧਾਰਮਿਕ ਗ੍ਰੰਥਾਂ ਦਾ ਗਿਆਨ ਸੁਭਾਵਕ ਹੀ ਉਸ ਮਨੁੱਖ ਨੂੰ ਹੋ ਜਾਂਦਾ ਜਿਹੜਾ ਗੁਰੂ ਦੇ ਦੱਸੇ ਰਾਹ ਤੇ ਤੁਰਦਾ। ਗੁਰਮੁਖ ਪਰਚੈ ਤਰੀਏ ਚਾਰੀ, ਇਸ ਗੱਲ ਨੂੰ ਵੀ ਧਿਆਨ ਨਾਲ ਸਮਝਣਾ। ਜਿਤਨੇ ਵੀ ਗੁਰੂ ਨਾਨਕ ਸਾਹਿਬ ਦੇ ਧਰਮ ਤੋਂ ਪਹਿਲੀ ਫਿਲੋਸਫੀ ਹੈ ਧਰਮਾਂ ਦੀ, ਉਹ ਬਹੁਤੀ ਨਰਕ ਸਵਰਗ ਦੇ ਦੁਆਲੇ ਘੁੰਮਦੀ ਹੈ। ਗੁਰੂ ਸਾਹਿਬ ਦੀ ਕਿੱਡੀ ਕਮਾਲ ਹੈ, ਸਤਿਗੁਰੂ ਜੀ ਨੇ ਸਿੱਖ ਦੇ ਜੀਵਨ ਵਿੱਚ ਨਰਕ ਸਵਰਗ ਦੀ ਗੱਲ ਨਹੀਂ ਰੱਖੀ, ਸਿੱਖ ਦੇ ਜੀਵਨ ਵਿੱਚ ਭਵਨ ਸਾਗਰ ਨੂੰ ਤਰਨ ਦੀ ਗੱਲ ਰੱਖੀ ਹੈ ਬਹੁਤੀ, ਮੁਕਤ ਦੁਆਰੇ ਦੀ ਗੱਲ ਰੱਖੀ ਹੈ ਬਹੁਤੀ। ਇੱਥੇ ਮੁਕਤ ਹੋਣ ਦਾ ਜ਼ਿਕਰ ਕੀਤਾ ਹੋਇਆ, ਕਿਉਂਕਿ ਸਵਰਗ ਤੇ ਮੁਕਤੀ ਵਿੱਚ ਇੱਕ ਬਹੁਤ ਵੱਡਾ ਅੰਤਰ ਹੈ, ਬਹੁਤ ਵੱਡਾ ਅੰਤਰ ਹੈ। ਉਹ ਕੀ? ਸਵਰਗ ਦੇ ਜਿਤਨੇ ਵੀ ਲਾਰੇ ਨੇ ਉਹ ਮਰਨ ਤੋਂ ਬਾਅਦ ਵਿੱਚ ਨੇ, ਸਵਰਗ 'ਚ ਤੁਹਾਨੂੰ ਆਹ ਹੋਏਗਾ, ਸਵਰਗ ਤੁਹਾਨੂੰ ਆਹ ਹੋਏਗਾ, ਪਰ ਉਹ ਮਰਨ ਤੋਂ ਬਾਅਦ ਹੈ। ਹੁਣ ਜਿਹੜਾ ਬੰਦਾ ਮਰ ਗਿਆ ਉਹਨੇ ਮੁੜ ਕੇ ਅੱਗੇ ਕਦੇ ਪੁੱਛਣਾ ਵੀ ਮੈਨੂੰ ਤਾਂ ਮਿਲਿਆ ਹੀ ਨਹੀਂ, ਤੁਸੀਂ ਝੂਠੇ ਲਾਰੇ ਲਾਉਂਦੇ ਨੇ, ਮੈਨੂੰ ਤਾਂ ਮਿਲਿਆ ਨਹੀਂ, ਮਰ ਕੇ ਤਾਂ ਕੋਈ ਆ ਹੀ ਨਹੀਂ ਸਕਦਾ।
ਇਸ ਲਈ ਜਿਹੜੀ ਧਰਮ ਦੀ ਦੁਨੀਆ ਵਿੱਚ ਭਰਮ ਦਾ ਬਣਿਆ ਹੋਇਆ ਇੱਕ ਸਿਲਸਿਲਾ ਸੀ ਨਾ, ਉਹ ਬਹੁਤ ਜ਼ਿਆਦਾ ਲੋਕਾਂ ਨੇ ਫੈਲਾਇਆ ਹੋਇਆ ਸੀ। ਸਵਰਗ ਦੇ ਨਾਂ ਤੇ ਬਹੁਤ ਕੁਝ ਕੀਤਾ ਜਾਂਦਾ ਸੀ। ਅਲਾਹਾਬਾਦ ਵਿੱਚ ਬਨਾਰਸ ਦੀ ਧਰਤੀ ਉੱਤੇ ਇਹੋ ਜਿਹੇ ਆਰੇ ਰੱਖੇ ਹੋਏ ਸਨ ਵੀ ਤੂੰ ਸਭ ਕੁਝ ਬ੍ਰਾਹਮਣਾਂ ਨੂੰ ਦਾਨ ਕਰਕੇ ਆਪਣੇ ਆਪ ਨੂੰ ਆਰੇ ਨਾਲ ਚਰਵਾ ਲੈ, ਤੈਨੂੰ ਰੱਬ ਦੇ ਘਰ ਪਰਮੇਸ਼ਰ ਦੇ ਘਰ ਸਵਰਗ ਮਿਲ ਜਾਏਗਾ। ਇਸਲਾਮ ਧਰਮ ਦੀ ਗੱਲ ਤੁਸੀਂ ਦੇਖਦੇ ਹੋ ਬਹੁਤ ਵਾਰੀ ਵੀ ਉੱਥੇ 16 ਸਾਲ ਦੀਆਂ ਲੜਕੀਆਂ ਮਨੁੱਖ ਹੂਰਾਂ ਮਿਲਦੀਆਂ ਨੇ ਤੇ ਅੰਗੂਰਾਂ ਦੀ ਸ਼ਰਾਬ ਮਿਲਦੀ ਹੈ। ਹੁਣ ਇਹ ਡਾਕਟਰ ਇਕਬਾਲ ਵਰਗੇ ਦੇ ਬੱਚੇ ਲਿਖਦੇ ਤੇ ਵੀ ਜਿਹੜੀਆਂ ਗੱਲਾਂ ਮਨੁੱਖ ਇੱਥੇ ਨਹੀਂ ਪੂਰੀਆਂ ਕਰ ਸਕਦਾ ਉਹਨੇ ਸਵਰਗ 'ਚ ਮਿਥ ਲਈਆਂ ਵੀ ਉੱਥੇ ਮਿਲਦੀਆਂ ਨੇ। ਇੱਥੇ ਬਹੁਤਾ ਵਿਕਾਰੀ ਨਹੀਂ ਹੋ ਸਕਦਾ, ਸਮਾਜਿਕ ਬੰਧਨ ਨੇ। ਇਹਨੇ ਸੋਚਿਆ ਉੱਥੇ 16 ਸਾਲਾਂ ਦੀਆਂ ਲੜਕੀਆਂ ਦਾ ਹੂਰਾਂ ਦੇ ਰੂਪ ਵਿੱਚ ਮਿਲਾਪ ਹੁੰਦਾ ਤੇ ਸ਼ਰਾਬ ਮਿਲਦੀ ਇਤਿਹਾਦਕ। ਗੁਰੂ ਨਾਨਕ ਸਾਹਿਬ ਜੀ ਨੇ ਹੁਣ ਉਹਦੀ ਮੁਕਤੀ ਦੇ ਵਿੱਚ ਕੀ ਅੰਤਰ ਹੈ? ਗੁਰੂ ਸਾਹਿਬ ਕਹਿਣ ਲੱਗੇ ਸਵਰਗ ਦੀ ਬਾਅਦ ਵਿੱਚ ਗੱਲ ਕਰ, ਤੂੰ ਜਿਉਂਦਿਆਂ ਜੀ, ਜਿਉਂਦਿਆਂ ਜੀ, ਜੇ ਤੂੰ ਵਿਕਾਰਾਂ ਵਿੱਚੋਂ ਮੁਕਤ ਹੋ ਗਿਆ ਤੂੰ ਸਮਝ ਲੈ ਗੁਰੂ ਦੇ ਬੋਲ ਤੇਰੀ ਖੋਲ ਲੈ, ਗੁਰੂ ਦੇ ਬੋਲਾਂ ਨੇ ਤੈਨੂੰ ਬਚਾ ਲਿਆ। ਤੇਰੇ ਉੱਤੇ ਕਾਮ ਦਾ ਅਸਰਨਾ ਹੋਵੇ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੇਸ਼ ਭਾਵਨਾ, ਮੈਂ ਲੋਕਾਂ ਨਾਲ ਵਰਤ ਵਿਹਾਰ ਕਿਹੋ ਜਿਹਾ ਕਰਦਾ, ਮੇਰੀ ਮਿੱਠੀ ਬੋਲੀ ਕਿਹੋ ਜਿਹੀ, ਮੇਰੇ ਮਨ ਵਿੱਚ ਈਰਖਾ ਕਿੰਨੀ ਕੁ, ਮੇਰੇ ਮਨ 'ਚ ਦਵੇਸ਼ ਕਿੰਨੀ ਕੁ, ਮੈਂ ਕਿਸੇ ਨੂੰ ਸੁਖੀ ਵੇਖ ਕੇ ਸੁਖੀ ਹੁੰਦਾ ਜਾਂ ਦੁਖੀ ਹੁੰਦਾ, ਮੇਰੇ ਮਨ ਵਿੱਚ ਜਿਹੜੀਆਂ ਇਹ ਗੱਲਾਂ ਨੇ ਇਹ ਮੈਂ ਜਿਉਂਦਿਆਂ ਜੀ ਮਹਿਸੂਸ ਕਰ ਸਕਦਾ, ਇਹ ਮੈਨੂੰ ਕੋਈ ਮਰਨ ਤੋਂ ਬਾਅਦ ਦਾ ਲਾਰਾ ਨਹੀਂ ਹੈ। ਗੁਰੂ ਨਾਨਕ ਸਾਹਿਬ ਦੀ ਜਿਹੜੀ ਫਿਲੋਸਫੀ ਉਹ ਗਜਬ ਦੀ ਫਿਲੋਸਫੀ ਹੈ। ਹਜ਼ੂਰ ਜੀ ਕਿਰਪਾ ਕਰਦੇ ਨੇ, ਕਹਿਣ ਲੱਗੇ ਜਦੋਂ ਕਦੇ ਜੀਵਨ ਮੁਕਤ ਸੋ ਆਖੀ ਹੈ, ਮਰ ਜੀਵੇ ਮਰੀਆ, ਕਹਿੰਦੇ ਜਿਹਨੇ ਆਪਣੇ ਆਪ ਨੂੰ ਜਿਉਂਦਿਆਂ ਜੀ ਮਾਰ ਲਿਆ, ਹੰਕਾਰ ਨੂੰ ਮਾਰ ਲਿਆ, ਜੀਵਨ ਮੁਕਤ ਹੈ ਉਹ ਮਨੁੱਖ, ਉਹ ਮਨੁੱਖ ਆਪਣੇ ਮਾਲਕ ਦੇ ਘਰ ਕਬੂਲ ਹੋ ਗਿਆ। ਸਤਿਗੁਰ ਜੀ ਦੀ ਬਾਣੀ ਦਾ ਇੱਕ ਹੋਰ ਬਚਨ ਬੜੇ ਧਿਆਨ ਨਾਲ ਸੁਣਿਓ, ਮਾਲਕ ਜੀ ਆਖਦੇ ਨੇ ਕਹਿੰਦੇ ਪ੍ਰਭ ਕੀ ਆਗਿਆ ਆਤਮ ਹਿਤਾਬ ਹੈ, ਜੀਵਨ ਮੁਕਤ ਸੋ ਕਹਾਵੇ। ਕਹਿਣ ਲੱਗੇ ਤੈਸਾ ਹਰਕ ਤੈਸਾ ਸੋਗ, ਸਦਾ ਅਨੰਤ ਹੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਠੀ, ਤੈਸਾ ਅੰਮ੍ਰਿਤ ਤੈਸੀ ਵਿਖਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ, ਉਹ ਪੁਰਖ ਕਹੀਏ ਜੀਵਨ ਮੁਕਤ। ਹੁਣ ਤੁਸੀਂ ਦੇਖੋ ਹਰਕ ਤੇ ਸੋਗ ਵਿੱਚ ਇੱਕੋ ਜਿਹਾ ਰਹੇ, ਖੁਸ਼ੀ ਤੇ ਗਮੀ 'ਚ ਇੱਕੋ ਜਿਹਾ ਰਹੇ, ਸੋਨੇ ਤੇ ਮਿੱਟੀ ਨੂੰ, ਗਰੀਬ ਤੇ ਅਮੀਰ ਨੂੰ ਇੱਕੋ ਜਿਹਾ ਸਮਝੇ, ਸੋਚ ਕੇ ਦੇਖੋ ਉਹ ਮਨੁੱਖ ਜੀਵਨ ਮੁਕਤ ਹੈ। ਸਤਿਗੁਰੂ ਕਹਿਣ ਲੱਗੇ ਗੁਰਦੇਵ ਸੱਚੇ ਪਾਤਸ਼ਾਹ ਨੇ ਜਿਤਨੀ ਵੀ ਵਿਚਾਰ ਗੰਭੀਰ ਕੀਤੀ ਹੋਈ ਹੈ ਉਹ ਲੋਕਾਂ ਨੂੰ ਸਵਰਗੀ ਲਾਰੇ ਲਾਉਣ ਦੀ ਬਜਾਏ ਜੀਵਨ ਮੁਕਤ ਦੀ ਗੱਲ ਕੀਤੀ ਹੋਈ ਹੈ ਬਹੁਤੀ। ਗੁਰਮੁਖ ਪਰਚੈ ਤਰੀਏ ਤਾਰੀ, ਹਜ਼ੂਰ ਕਹਿਣ ਲੱਗੇ ਜਿਹੜਾ ਗੁਰੂ ਦੇ ਚਰਨਾਂ ਵਿੱਚ ਦੱਸੇ ਹੋਏ ਰਾਹ ਤੇ ਤੁਰਦਾ, ਪਰਚ ਜਾਂਦਾ, ਗੁਰੂ ਦੇ ਦੱਸੇ ਹੋਏ ਸ਼ਬਦ ਨਾਲ ਆਪਣੀ ਡੂੰਘੀ ਜਾਣ ਪਛਾਣ ਬਣਾ ਲੈਂਦਾ, ਉਹਦੀ ਖੂਬੀ ਇਹ ਹੈ ਉਹ ਤਰੀਏ ਤਾਰੀ ਤਾਰੀ ਤਰ ਜਾਂਦਾ, ਭਵ ਸਾਗਰ ਤੋਂ ਤਰ ਜਾਂਦਾ, ਉਹਦੇ ਉੱਤੇ ਜੀਵਨ ਦੇ ਡੁੱਬਣ ਦੀ ਕੋਈ ਕਹਾਣੀ ਬਾਕੀ ਨਹੀਂ ਰਹਿ ਜਾਂਦੀ। ਗੁਰਮੁਖ ਪਰਚੈ ਸੋ ਸ਼ਬਦ ਗਿਆਨੀ, ਇਸ ਸ਼ਬਦ ਨੂੰ ਵੀ ਧਿਆਨ ਨਾਲ ਸਮਝਣਾ ਥੋੜਾ ਜਿਹਾ। ਗੁਰਮੁਖ ਪਰਚੈ ਸੋ ਸ਼ਬਦ ਗਿਆਨੀ, ਸ਼ਬਦ ਗਿਆਨੀ, ਸ਼ਬਦ ਦੁਆਰਾ ਗਿਆਨੀ ਬਣਿਆ। ਇੱਕ ਗਿਆਨੀ ਉਹ ਵੀ ਹੈ ਗੁਰਮਤ ਵਿੱਚ, ਜਿਹੜੇ ਅਸੀਂ ਲੋਕ ਹੈ ਸਾਨੂੰ ਲੋਕ ਸਮਝ ਕੇ ਗਿਆਨਵਾਨ ਤੇ ਗਿਆਨੀ ਸ਼ਬਦ ਲਾ ਦਿੰਦੇ ਨੇ, ਪਰ ਸਾਡੇ ਤੇ ਢੁੱਕਦਾ ਸ਼ਬਦ ਨਹੀਂ ਹੈ, ਯਾਦ ਰੱਖਿਓ। ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੇ ਬੂਝੇ ਸੋਏ। ਗਿਆਨੀ ਉਹ ਹੈ ਜਿਹੜਾ ਆਪਣੇ ਆਪ ਦੀ ਪਹਿਚਾਣ ਕਰਦਾ, ਮੈਂ ਕੌਣ ਹੈ। ਗਿਆਨੀ ਉਹ ਜਿਹੜਾ ਰੱਬ ਦੀ ਪਹਿਚਾਣ ਕਰ ਲੈਂਦਾ, ਪੈਕਾ ਹੂੰ ਕੋ ਦੇਤਨੇ ਨੈ ਪੈਮਾਨ ਤਾਂ ਆਨ ਕਹੋ ਨਾਨਕ ਸੁਣ ਰਹੇ ਮਨਾ, ਗਿਆਨੀ ਤਾਂ ਹੀ ਬਖਾਨ। ਅਸਲ ਵਿੱਚ ਗਿਆਨਵਾਨ ਉਹ ਮਨੁੱਖ ਹੈ ਜਿਹੜਾ ਨਾ ਕਿਸੇ ਨੂੰ ਪੈ ਦਿੰਦਾ ਨਾ ਕਿਸੇ ਦਾ ਪੈ ਸਹਿੰਦਾ। ਸ਼ਬਦ ਗਿਆਨੀ ਉਹ ਹੁੰਦਾ ਹੈ ਜਿਹੜਾ ਸ਼ਬਦ ਵਿੱਚੋਂ ਗਿਆਨ ਲੈ ਕੇ ਉਹ ਗਿਆਨੀ ਬਣਿਆ। ਅਸੀਂ ਲੋਕਾਂ ਨੇ ਇੱਧਰ ਉੱਧਰੋਂ ਇਕੱਠਾ ਕਰ ਲਿਆ, 4 ਚੀਜ਼ਾਂ ਉਹਦੀਆਂ ਕਿਤਾਬ 'ਚੋਂ ਪੜ੍ਹ ਲਈਆਂ, 6 ਚੀਜ਼ਾਂ ਉਹਦੇ ਕੋਲ ਸਿੱਖ ਲਈਆਂ, ਕਿਸੇ ਦੀਆਂ ਗੱਲਾਂ ਬਾਤਾਂ ਕੁਝ ਨੋਟ ਕਰ ਲਈਆਂ, ਉਹਨਾਂ ਵਿੱਚੋਂ ਚੜ ਕੇ ਲੋਕਾਂ ਨੂੰ ਗਿਆਨ ਦੇਣ ਲੱਗ ਪੈਂਦੇ। ਇਹ ਗਿਆਨ ਬਾਹਰਲਾ ਗਿਆਨ ਹੈ। ਦੇਖੋ ਇੱਕ ਸ਼ਬਦ ਪੜ੍ਹੇ ਹੋਏ ਜੀ ਬੜੇ ਧਿਆਨ ਨਾਲ, ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ। ਜਿਹੜਾ ਧਿਆਨ ਵਿੱਚੋਂ ਪੈਦਾ ਹੋਇਆ ਗਿਆਨ ਸਤਿਗੁਰੂ ਮੇਰੇ ਕੋਲੋਂ ਨਹੀਂ ਹੈ। ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ, ਗਿਆਨ ਜਿਹੜਾ ਧਿਆਨ ਵਿੱਚੋਂ ਪੈਦਾ ਹੋਇਆ ਹੋਇਆ, ਜਿਹੜਾ ਤੇਰੀ ਬਾਣੀ ਵਿੱਚੋਂ ਪੈਦਾ ਹੋਇਆ ਹੋਇਆ ਗਿਆਨ ਹੈ। ਆਹ ਬਾਹਰੀ ਕਿਤਾਬਾਂ ਦਾ ਗਿਆਨ ਤਾਂ ਸਾਡੇ ਕੋਲ ਬਹੁਤ ਵਾਰੀ ਬਹੁਤ ਲੋਕਾਂ ਕੋਲ ਹੁੰਦਾ, ਪਰ ਯਾਦ ਰੱਖਿਓ ਇਹ ਗਿਆਨ ਮਨੁੱਖ ਨੂੰ ਬਹੁਤ ਵਾਰੀ ਦੁਨਿਆਵੀ ਸੁੱਖ ਤਾਂ ਦੇ ਸਕਦਾ, ਇਸ ਗੱਲ 'ਚ ਕੋਈ ਦੋਰਾਵਾਂ ਨਹੀਂ। ਦੁਨਿਆਵੀ ਸੁੱਖ
ਇਹ ਦੁਨਿਆਵੀ ਗਿਆਨ ਦੇ ਸਕਦਾ, ਪਰ ਅਧਿਆਤਮਕ ਸੰਤੁਸ਼ਟੀ ਕੇਵਲ ਆਤਮਕ ਗਿਆਨ ਨਹੀਂ ਬਖਸ਼ਿਸ਼ ਕਰਨੀ ਹੈ। ਗੁਰਮੁਖ ਦੇ ਜੀਵਨ ਵਿੱਚ ਗੁਰੂ ਚਰਨਾਂ ਵਿੱਚ ਜੁੜਿਆ, ਗੁਰੂ ਦਰ ਦੇ ਦੱਸੇ ਰਾਹ ਤੇ ਤੁਰਿਆ, ਉਹਦੇ ਜੀਵਨ ਵਿੱਚੋਂ ਗਿਆਨ ਤੇ ਪ੍ਰਾਪਤ ਹੋ ਜਾਂਦਾ, ਪਰ ਉਹ ਗਿਆਨ ਪ੍ਰਾਪਤ ਹੋ ਜਾਂਦਾ ਜਿਹੜਾ ਸ਼ਬਦ ਵਿੱਚੋਂ ਮਿਲਿਆ ਹੋਇਆ। ਉਹ ਬਾਹਰੀ ਲੋਕਾਂ ਦਾ ਉਧਾਰਾ ਗਿਆਨ ਨਹੀਂ ਹੁੰਦਾ, ਲੋਕਾਂ ਦੇ ਤੌਰ ਤੇ ਕਿਹਾ ਹੋਇਆ ਗਿਆਨ ਨਹੀਂ ਹੁੰਦਾ। ਇੱਕ ਸ਼ਬਦ ਮੇਰਾ ਖਿਆਲ ਤੁਸੀਂ ਰੋਜ਼ ਪੜ੍ਹ ਕੇ ਆਪਣੀ ਰਸਨਾ ਨੂੰ ਸੁੱਚੀ ਕਰਦੇ ਹੋਵੋਗੇ। ਹਜ਼ੂਰ ਦੀ ਬਾਣੀ ਦਾ ਬਚਨ ਹੈ, ਸੁਣ ਵੱਡਾ ਆਖੇ ਸ਼ਬਦ ਕੋਏ, ਕੇਵਲ ਵੱਡਾ ਡੀਠਾ ਹੋਏ। ਕਿੱਡਾ ਕੁ ਵੱਡਾ ਹੈ ਇਹ ਤੇ ਦੇਖੀ ਪਤਾ ਲੱਗ ਸਕਦਾ, ਸਮਾਂ ਭਾਵੇਂ ਹੋ ਚੱਲਿਆ। ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇਣੀ ਚਾਹੁੰਦਾ, ਉਹਨੂੰ ਪਕੜ ਵਿੱਚ ਰੱਖਿਓ। ਉਦਾਹਰਨ ਹੈ, ਮੰਨ ਲਓ ਕਿਸੇ ਬੰਦੇ ਨੇ ਇਹ ਗੱਲ ਕਹੀ ਕਿ ਸਾਡੇ ਕੋਠੇ ਉੱਤੇ ਇੱਕ ਤੋਤਾ ਬੈਠਾ। ਹੁਣ ਜਿਹੜੇ ਅੰਦਰ ਬੈਠੇ ਨੇ, ਛੱਤ ਤੇ ਬੈਠਾ ਤੋਤਾ ਨਹੀਂ ਦੇਖਿਆ। ਉਹ ਪੁੱਛਣ ਲੱਗੇ ਵੀ ਕਿਹੋ ਜਿਹਾ ਹੁੰਦਾ, ਉਹ ਕਹਿਣ ਲੱਗੇ ਹਰੇ ਰੰਗ ਦਾ। ਉਹ ਕਹਿਣ ਲੱਗੇ ਠੀਕ ਹੈ। ਹੁਣ ਜਿੰਨੇ ਸੁਣਨ ਵਾਲੇ ਨੇ ਉਹਨਾਂ ਨੇ ਆਪਣੇ ਦਿਮਾਗ 'ਚ ਸ਼ਕਲ ਬਣਾ ਲਈ ਵੀ ਤੋਤਾ ਹਰੇ ਰੰਗ ਦਾ ਹੁੰਦਾ। ਹੁਣ ਹਰੇ ਦੀਆਂ ਕਿੰਨੀਆਂ ਵਰਾਇਟੀਜ਼ ਨੇ, ਹਰੇ ਰੰਗ ਦੀਆਂ ਕਿੰਨੀਆਂ ਕਿਸਮਾਂ ਨੇ। ਤੁਸੀਂ ਦੇਖੋ, ਇੱਕ ਤੋਤੇ ਵਰਗਾ ਹਰਾ ਵੀ ਹੁੰਦਾ, ਇੱਕ ਉਹ ਵੀ ਹਰਾ ਹੁੰਦਾ ਜਿਹਨੂੰ ਮੁਸਲਮਾਨ ਵਰਤਦੇ ਨੇ, ਉਹ ਕਿਹੋ ਜਿਹਾ ਗੂੜਾ ਹਰਾ। ਇੱਕ ਉਹ ਵੀ ਹਰਾ ਹੁੰਦਾ ਜਿਹੜੇ ਪੱਤਿਆਂ ਦਾ ਰੰਗ ਹਰਾ ਹੁੰਦਾ। ਹਰੇ ਦੀਆਂ ਕਿੰਨੀਆਂ ਵਰਾਇਟੀਜ਼ ਨੇ, ਬਾਕੀ ਲੋਕਾਂ ਨੇ ਆਪਣੇ ਦਿਮਾਗ 'ਚ ਵਸਾ ਲਿਆ ਵੀ ਇਹੋ ਜਿਹਾ ਹੋਣਾ। ਇਸੇ ਤਰ੍ਹਾਂ ਅਸੀਂ ਵੀ ਜਦੋਂ ਰੱਬ ਦੇ ਬਾਰੇ ਵਿੱਚ ਗੱਲਾਂ ਸੁਣਦੇ ਹਾਂ ਨਾ, ਤਾਂ ਜਿਹਨੇ ਦੇਖਿਆ ਐਗਜੈਕਟਲੀ ਉਹੀ ਦੱਸ ਸਕਦਾ। ਅਸੀਂ ਤਾਂ ਬਸ ਇੱਕ ਸੁਣ ਕੇ ਲੋਕਾਂ ਕੋਲੋਂ ਆਪਣੇ ਦਿਮਾਗ 'ਚ ਸ਼ਕਲਾਂ ਬਣਾਈਆਂ ਹੋਈਆਂ ਨੇ ਵੀ ਰੱਬ ਇਹੋ ਜਿਹਾ ਹੋ ਸਕਦਾ। ਗੁਰੂ ਅੱਗੇ ਬੇਨਤੀ ਕਰੀਏ, ਗੁਰੂ ਕਿਰਪਾ ਕਰ ਜਾਂਦਾ। ਜਿਹਦੇ ਨੇਤਰਾਂ ਦਾ ਇਲਾਜ ਗੁਰੂ ਕਰਦੇ ਵੀ ਉਹਨੂੰ ਦੱਸ ਜਾਂਦਾ, ਗੁਰੇ ਦਿਖਾਇਓ ਲੋਈ ਨਾ, ਗੁਰੂ ਨੇ ਮੈਨੂੰ ਮੇਰੀ ਅੱਖਾਂ ਨਾਲ ਦਿਖਾ ਦਿੱਤਾ ਵੀ ਰੱਬ ਇਹੋ ਜਿਹਾ, ਉਹਨੇ ਬਸ ਤਾਂ ਦਿਖਾ ਦਿੱਤਾ। ਜਦੋਂ ਗੁਰੂ ਦੇ ਦੱਸੇ ਰਸਤੇ 'ਚ ਤੁਰ ਕੇ ਮੈਂ ਦੇਖਿਆ, ਫਿਰ ਮੇਰਾ ਅੰਦਰਲਾ ਕੂਕ ਉੱਠਿਆ, ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਤ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਨੀ, ਘੱਟ ਘੱਟ ਮਾਧੋ ਜੀ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਗੁਰਮੁਖ ਪਰਚੈ ਸੋ ਸ਼ਬਦ ਗਿਆਨੀ। ਉਹ ਸ਼ਬਦ ਵਿੱਚੋਂ ਪੈਦਾ ਹੋਏ ਗਿਆਨ ਨਾਲ ਗਿਆਨੀ ਬਣਦਾ। ਗੁਰਮੁਖ ਪਰਚੈ ਅੰਤਰਵਿਦ ਜਾਨੀ। ਹੁਣ ਬਾਹਰਲਾ ਗਿਆਨ ਤੁਹਾਨੂੰ ਬਾਹਰਲਾ ਗਿਆਨ ਹੀ ਦੱਸ ਸਕਦਾ ਹੈ ਨਾ, ਬਾਹਰਲਾ ਹੀ ਜਾਣਕਾਰੀ ਦੇ ਸਕਦਾ ਨਾ, ਅੰਦਰੂਨੀ ਗਿਆਨ ਹੀ ਅੰਦਰੂਨੀ ਜਾਣਕਾਰੀ ਦੇ ਸਕਦਾ। ਬਾਹਰਲਾ ਗਿਆਨ ਤੁਹਾਨੂੰ ਬਾਹਰਲਾ ਦੇ ਸਕਦਾ, ਜਿਵੇਂ ਹੁਣ ਤੁਸੀਂ ਕਿਸੇ ਕੋਲ ਕੱਪੜੇ ਖਰੀਦਣੇ ਹੋਣ, ਆਪਣੇ ਸਰੀਰ ਦੀ ਕੋਈ ਬਾਹਰਲੀ ਕੋਈ ਕਿਰਿਆਕਰਮ ਕਰਨੀ ਹੋਵੇ, ਇਹ ਬਾਹਰਲੇ ਲੋਕ ਜਾਣ ਸਕਦੇ ਨੇ। ਪਰ ਜੇ ਤੁਸੀਂ ਕਿਸੇ ਡਾਕਟਰ ਨੂੰ ਜਾ ਕੇ ਪੁੱਛਦੇ ਹੋ ਵੀ ਮੇਰੇ ਹੱਟ 'ਚ ਦਰਦ ਕਿਉਂ ਹੋਇਆ, ਮੇਰੇ ਅੰਦਰ ਦਰਦ ਕਿਉਂ ਹੈ, ਤਾਂ ਇਹ ਗੱਲ ਉਹ ਹੀ ਜਾਣ ਸਕਦਾ ਜਿਹਨੇ ਅੰਦਰ ਦੀ ਸਟੱਡੀ ਕੀਤੀ ਹੈ, ਪੜ੍ਹਿਆ ਵੀ ਅੰਦਰ ਕਿਹੜੇ ਕਾਰਨ ਕਰਕੇ ਦਰਦ ਹੋ ਸਕਦਾ। ਬਾਹਰ ਤੋਂ ਜਾਣਨ ਵਾਲਾ ਬੰਦਾ ਅੰਦਰੂਨੀ ਬਿਮਾਰੀਆਂ ਤੋਂ ਵਾਕਫ ਨਹੀਂ ਹੋ ਸਕਦਾ, ਇੱਕ ਉਦਾਹਰਨ ਹੈ। ਇਸੇ ਤਰ੍ਹਾਂ ਬਾਹਰਲਾ ਗਿਆਨ ਹੈ ਜਿਹੜਾ, ਉਹ ਸਾਨੂੰ ਸਾਡੇ ਅੰਦਰੂਨੀ ਪੱਖ ਤੋਂ ਜਾਣੂ ਨਹੀਂ ਕਰਵਾ ਸਕਦਾ। ਮੈਂ ਕੌਣ ਹੈ, ਮੈਂ ਕੀ ਕਰਨ ਆਇਆ, ਮੇਰੀ ਜ਼ਿੰਦਗੀ ਦਾ ਕੀ ਪ੍ਰਯੋਜਨ ਹੈ, ਮੈਂ ਦੁਨੀਆਂ 'ਚ ਕਿਵੇਂ ਸੁਖਾਲਾ ਰਹਿ ਸਕਣਾ, ਮੇਰੇ ਕਿਹੜੇ ਕੋਨੇ ਵਿੱਚ ਹੰਕਾਰ ਛੁਪਿਆ ਬੈਠਾ, ਮੇਰੇ ਕਿਹੜੇ ਕੋਨੇ ਨੂੰ ਕਾਮ ਨੇ ਮੰਨਿਆ ਹੋਇਆ, ਮੇਰੇ ਕਿਹੜੇ ਕੋਨੇ ਵਿੱਚ ਈਰਖਾ ਦਾ ਕਬਜ਼ਾ। ਇਹ ਗੱਲਾਂ ਜਿਹੜੀਆਂ ਅੰਦਰੂਨੀ ਨੇ, ਮੇਰੇ ਜੀਵਨ ਦੀ ਝੋਲੀ ਵਿੱਚ ਕਿੰਨੇ ਕੁ ਔਗਣ ਨੇ, ਮੇਰੇ ਜੀਵਨ ਦੀ ਝੋਲੀ ਵਿੱਚ ਕਿੰਨੇ ਕੁ ਗੁਣ ਨੇ, ਇਹਨਾਂ ਗੱਲਾਂ ਤੋਂ ਉਹੀਓ ਬੰਦਾ ਵਾਕਫ ਹੋ ਸਕਦਾ ਜਿਹੜਾ ਗੁਰਮੁਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ। ਅੰਤਰਵਿਦ ਜਾਨੀ, ਅੰਦਰ ਦੀ ਵਿਧੀ ਅੰਦਰ ਦੀ ਅਵਸਥਾ ਤੋਂ ਉਹੀ ਜਾਣੂ ਹੋ ਸਕਦਾ ਜਿਹੜਾ ਗੁਰੂ ਸ਼ਬਦ ਦੇ ਦੱਸੇ ਹੋਏ ਰਾਹ 'ਚ ਤੁਰਦਾ। ਗੁਰਮੁਖ ਪਾਈਐ ਅਲੱਖ ਅਪਾਰ, ਅਲੱਖ ਜਿਹਨੂੰ ਲੱਖਿਆ ਨਹੀਂ ਜਾ ਸਕਦਾ। ਜੇ ਮੈਂ ਆਪਣੀ ਸੋਚ ਨਾਲ ਸੋਚਾਂ ਵੀ ਮੈਂ ਦੇਖ ਸਕਣਾ, ਨਹੀਂ ਦੇਖ ਸਕਦਾ, ਪਰ ਦੂਜੇ ਪਾਸੇ ਗੁਰੂ ਦਿਖਾ ਸਕਦਾ। ਮੈਂ ਵਾਰ ਵਾਰ ਬੇਨਤੀ ਕਰਾਂ, ਇਹ ਲੇਤਰੋ ਮੇਰੇ ਹੋ, ਹਰ ਤੁਮੇ ਜੋ ਧਰੀ, ਹਰ ਬਿਨ ਅਵਰਨਾ ਦੇਖੋ ਕੋਈ, ਹਰ ਬਿਨ ਅਵਰਨਾ ਦੇਖੋ ਕੋਈ, ਨਦਰੀ ਹਰ ਲਿਆ ਲਿਆ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਹੁਣ ਮਾਲਕ ਜੀ ਤੁਸੀਂ ਕਹਿੰਦੇ ਹੋ ਵੀ ਹਰੀ ਦਾ ਰੂਪ ਹੈ, ਪਰ ਮੈਨੂੰ ਤਾਂ ਨਹੀਂ ਦਿਸਦਾ। ਇਹ ਵਿਸ਼ਵ ਨੂੰ ਤੁਸੀਂ ਕਹਿੰਦੇ ਵੀ ਹਰੀ ਦਾ ਰੂਪ ਹੈ, ਪਰ ਮੈਨੂੰ ਨਹੀਂ ਦਿਸਦਾ ਕਦੇ ਵੀ, ਮੈਨੂੰ ਨਹੀਂ ਦਿਸਿਆ ਕਦੇ ਵੀ, ਤੁਸੀਂ ਕਿਰਪਾ ਕਰੋ। ਸਾਹਿਬ ਕਹਿੰਦੇ ਅਗਲੀਆਂ ਪੰਕਤੀਆਂ ਪੜ੍ਹ ਪੁੱਤ, ਤੈਨੂੰ ਤਾਂ ਦਿਸਣਾ ਹੈ।
ਅਗਲੀਆਂ ਪੰਕਤੀਆਂ ਕੀ ਨੇ? ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪਿਆ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਪੁੱਜਿਆ, ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਉਸ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਉਹ ਨਜ਼ਰ ਆਉਂਦਾ। ਜਦੋਂ ਮੈਂ ਗੁਰੂ ਦੀ ਕਿਰਪਾ ਨਾਲ ਇਸ ਗੱਲ ਨੂੰ ਸਮਝ ਲਿਆ, ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪਿਆ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁੱਝਿਆ, ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰਨਾ ਕੋਈ, ਕਹਿ ਨਾਨਕ ਇਹ ਨੇਤਰ ਅੰਧ ਸੇ, ਇਹ ਨੇਤਰ ਹੀ ਅੰਨੇ ਸਨ। ਯਾਦ ਰੱਖੋ, ਜੇ ਅਸੀਂ ਡਾਕਟਰ ਕੋਲ ਜਾ ਕੇ ਕਹਿੰਦੇ ਵੀ ਡਾਕਟਰ ਸਾਹਿਬ ਮੇਰੀ ਅੱਖਾਂ ਦਾ ਇਲਾਜ ਕਰੋ, ਮੈਨੂੰ ਦਿਸਦਾ ਨਹੀਂ, ਪਰ ਕਦੇ ਕਿਸੇ ਬੰਦੇ ਨੇ ਜਾ ਕੇ ਇਹ ਨਹੀਂ ਪੁੱਛਿਆ ਵੀ ਡਾਕਟਰ ਸਾਹਿਬ ਮੈਨੂੰ ਦਿਸਦਾ ਨਹੀਂ ਵੀ ਸੰਸਾਰ ਹੈ ਵੀ ਹੈ, ਕਿਤੇ ਐਵੇਂ ਭੁਲੇਖਾ ਜਿਹਾ ਤਾਂ ਨਹੀਂ ਬਣਾਇਆ। ਸਾਨੂੰ ਸੰਸਾਰ ਤੇ ਕਦੇ ਸ਼ੱਕ ਨਹੀਂ ਹੋਈ, -1% ਵੀ ਕਦੇ ਸ਼ੱਕ ਨਹੀਂ ਹੋਈ। ਜਦੋਂ ਵੀ ਕਦੇ ਸ਼ੱਕ ਹੋਈ, ਸਾਨੂੰ ਨਿਰੰਕਾਰ ਤੇ ਸ਼ੱਕ ਹੋਈ ਹੈ। ਅਸੀਂ ਕਦੇ ਵੀ ਨਹੀਂ ਗੁਰੂ ਨੂੰ ਕਹਿੰਦੇ ਮੈਨੂੰ ਰੱਬ ਨਹੀਂ ਦਿਸਦਾ, ਮੇਰਾ ਇਲਾਜ ਕਰੋ, ਅਸੀਂ ਕਹਿੰਦੇ ਗੁਰੂ ਜੀ ਰੱਬ ਹੈ ਵੀ ਹੈ, ਕਿਤੇ ਐਵੇਂ ਭੁਲੇਖਾ ਨਾ ਬਣਿਆ ਹੋਇਆ ਹੋਵੇ। ਨਹੀਂ ਪਿਆਰ ਵਾਲਿਓ, ਕਹੇ ਨਾਨਕ ਇਹ ਨੇਤਰ ਅੰਧ ਸੇ, ਜਿਹੜੇ ਨੇਤਰ ਅੰਨੇ ਸਨ, ਸਤਿਗੁਰ ਮਿਲੇ ਹੈ, ਦਿਵ ਦ੍ਰਿਸ਼ਟ ਹੋਈ, ਗੁਰੂ ਨੇ ਕਿਰਪਾ ਕਰਕੇ ਉਹਨਾਂ ਨੇਤਰਾਂ ਨੂੰ ਦਿਵ ਦ੍ਰਿਸ਼ਟੀ ਬਖਸ਼ਿਸ਼ ਕਰ ਦਿੱਤੀ, ਹੁਣ ਮੈਨੂੰ ਮਹਿਸੂਸ ਹੁੰਦਾ ਹੈ। ਗੁਰਮੁਖ ਪਾਈਏ ਅਲੱਖ ਅਪਾਰ, ਗੁਰਮੁਖ ਨਾਨਕ ਗੁਰਮੁਖ ਮੁਕਤ ਦੁਆਰ। ਸਾਹਿਬ ਜੀ ਆਖਰੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ, ਨਾਨਕ ਗੁਰਮੁਖ ਮੁਕਤ ਦੁਆਰ। ਕਹਿੰਦੇ ਗੁਰੂ ਚਰਨਾਂ ਵਿੱਚ ਆਇਆ, ਗੁਰੂ ਦੱਸੇ ਰਾਹ ਤੇ ਤੁਰਿਆ ਮਨੁੱਖ ਨੂੰ ਕੀ ਪ੍ਰਾਪਤੀ ਹੁੰਦੀ ਹੈ? ਜੋਗੀ ਜੀ ਤੁਸੀਂ ਤਾਂ ਬਾਹਰ ਸਮਾਧੀਆਂ ਲਾ ਕੇ ਬੈਠ ਗਏ, ਤੁਸੀਂ ਸੁਣੋ ਜਿਹੜੇ ਲੋਕ ਘਰ ਗ੍ਰਿਸ਼ਟੀ ਵਿੱਚ ਰਹਿੰਦੇ ਨੇ ਪਰ ਉਹ ਗੁਰਮੁਖ ਬਣ ਗਏ, ਉਹਨਾਂ ਨੇ ਕੀ ਪ੍ਰਾਪਤੀ ਕੀਤੀ? ਹਜ਼ੂਰ ਜੀ ਕਹਿੰਦੇ ਉਹਨਾਂ ਦੀ ਪ੍ਰਾਪਤੀ ਹੈ ਨਾਨਕ ਗੁਰਮੁਖ ਮੁਕਤ ਦੁਆਰ। ਗੁਰੂ ਤੋਂ ਬਿਨਾਂ ਤੁਹਾਨੂੰ ਅਮੀਰਾਂ ਦੇ ਦਰਵਾਜ਼ਿਆਂ ਦਾ ਪਤਾ ਲੱਗ ਸਕਦਾ ਹੈ, ਗੁਰੂ ਤੋਂ ਬਿਨਾਂ ਤੁਹਾਨੂੰ ਗਰੀਬਾਂ ਦੇ ਦਰਵਾਜ਼ਿਆਂ ਦਾ ਪਤਾ ਲੱਗ ਸਕਦਾ ਹੈ, ਗੁਰੂ ਤੋਂ ਬਿਨਾਂ ਤੁਹਾਨੂੰ ਆਪਣਿਆਂ ਦੇ ਦਰਵਾਜ਼ਿਆਂ ਦਾ ਪਤਾ ਲੱਗ ਸਕਦਾ ਹੈ, ਗੁਰੂ ਤੋਂ ਬਿਨਾਂ ਤੁਹਾਨੂੰ ਬਗਾਨੇ ਦਰਾਂ ਦਾ ਪਤਾ ਲੱਗ ਸਕਦਾ ਹੈ, ਸਾਰੀ ਤਰ੍ਹਾਂ ਦੇ ਦਰ ਪਤਾ ਲੱਗ ਸਕਦੇ ਨੇ, ਕਿਸੇ ਗਰੀਬ ਦਾ ਦਰ, ਕਿਸੇ ਅਮੀਰ ਦਾ ਦਰ, ਕਿਸੇ ਆਪਣੇ ਦਾ ਦਰ, ਕਿਸੇ ਬਗਾਨੇ ਦਾ ਦਰ, ਕਿਸੇ ਉੱਪਰੇ ਦਾ ਦਰ, ਦੁਖੀਏ ਦਾ ਦਰਦ, ਸੁਖੀਏ ਦਾ ਦਰ, ਹਰ ਦਰ ਤੁਹਾਨੂੰ ਪਤਾ ਲੱਗ ਸਕਦਾ ਹੈ, ਪਰ ਮੁਕਤੀ ਦਾ ਦਰ ਨਹੀਂ ਪਤਾ ਲੱਗ ਸਕਦਾ। ਉਹ ਤਾਂ ਗੁਰੂ ਚਰਨਾਂ ਵਿੱਚ ਜੁੜੇ ਹੀ ਪਤਾ ਲੱਗਣਾ, ਉਹ ਜੁੜੇ ਹੀ ਪਤਾ ਲੱਗਣਾ, ਉਹ ਦਰ ਤੇ ਆਏ ਹੀ ਪਤਾ ਲੱਗਣਾ ਵੀ ਉਹ ਜੀਵਨ ਦੇ ਵਿੱਚ ਮੁਕਤ ਦੁਆਰਾ ਕਿਹੜਾ ਤੇ ਮੈਂ ਮੁਕਤੀ ਦੇ ਦੁਆਰੇ ਤੇ ਕਿਵੇਂ ਜਾ ਕੇ ਆਪਣੀ ਜੀਵਨ ਨੂੰ ਪ੍ਰਵਾਨ ਕਰਵਾ ਸਕਦਾ, ਇਹ ਗੁਰੂ ਚਰਨਾਂ ਵਿੱਚ ਜਾਏ ਹੀ ਪਤਾ ਲੱਗਣਾ। ਹਜ਼ੂਰ ਸੱਚੇ ਪਾਤਸ਼ਾਹ ਸਿੱਖੀ ਦੀ ਵਿਆਖਿਆ ਵੀ, ਸਿੱਖ ਧਰਮ ਦੀ ਵਿਆਖਿਆ ਵੀ, ਸਿੱਖੀ ਦੀ ਫਿਲੋਸਫੀ ਦੀ ਵਿਆਖਿਆ ਵੀ ਉਹਦੇ ਨਾਲ ਨਾਲ ਕਰ ਰਹੇ ਨੇ, ਤੇ ਜੋਗੀਆਂ ਨੂੰ ਨਾਲ ਨਾਲ ਸੱਚੀ ਗੱਲ, ਸਚਿਆਰਤਾ ਦਾ ਜੀਵਨ, ਹੁਕਮ ਰਜਾਈ ਦੀ ਵੀ ਸੋਚੀ ਦੇ ਰਹੇ ਨੇ। ਇਸ ਤੋਂ ਅਗਲੀ ਵਿਚਾਰ ਆਉਣ ਵਾਲੇ ਸਮੇਂ ਚ ਪੁੱਡਾ ਚੁੱਕਣ ਦੀ ਖਿਮਾ, ਪਿਆਰ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।